2,15,000 ਦਾ ਦੇ ਦਾਂ ਤੇ ਫਿਰ ਜਿਹੜਾ ਡਿਸਕਾਊਂਟ ਕਰਾਉਂਗਾ ਕਿੰਨਾ ਕੁ ਕਰੋਗੇ ਐ ਦੱਸੋ ਹੁਣ ਤੁਹਾਡੇ ਨੂੰ ਆਫਰ ਹੈ ਅੱਜ ਦਾ ਦਿਨ 48 ਘੰਟੇ ਦੇ ਕਿ ਜਿੰਨਾ ਮਰਜ਼ੀ ਕਰ ਦਿਓ ਹੁਣ ਲੋ ਵੀ ਮਿੱਤਰੋ 48 ਘੰਟਿਆਂ ਦੇ ਵਿੱਚ ਵਿੱਚ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਬੁੱਧਵਾਰ ਨੂੰ ਅੱਜ 5-6 ਵਜੇ ਵੀਡੀਓ ਪੈ ਚੁੱਕੀ ਆ ਦੱਬ ਕੇ ਸ਼ੇਅਰ ਕਰ ਦਿਓ 48 ਘੰਟੇ ਡਿਸਕਾਊਂਟ ਲੈ ਲਿਓ ਆਪਣੇ ਨਾਂ ਤੇ ਜਿੰਨਾ ਆਪਣਾ ਨਾਂ ਲੈ ਕੇ ਇੱਕ ਬੰਦਾ ਵੀਡੀਓ ਸ਼ੇਅਰ ਕਰਕੇ ਆਵੇ ਗਰੁੱਪਾਂ 'ਚ ਤੇ ਨਾਂ ਲੈ ਕੇ ਆ ਜੇ ਘਰੇ ਆ ਜੇ ਤੁਹਾਡੇ ਕੋਲੇ ਠੀਕ ਹੈ ਵੀਰੇ ਕੋਈ ਗੱਲ ਨਹੀਂ 48 ਘੰਟੇ ਦੇ ਵਿੱਚ ਉਹ ਜੋ ਬਾਅਦ ਨਹੀਂ 48 ਘੰਟੇ ਦਾ ਆਫਰ ਆ ਜਦੋਂ ਵੀਡੀਓ ਪੈ ਗਈ 48 ਘੰਟੇ ਦੀ ਘੰਟਾ ਵੀ ਠੀਕ ਹੈ ਜੀ ਨਹੀਂ ਫਿਰ ਜਿਹੜਾ ਤੁਹਾਨੂੰ ਰੇਟ ਦੱਸਿਆ ਉਹ ਹੋ ਜਾਏਗਾ ਠੀਕ ਹੈ ਜੀ ਚਲੋ ਫਿਰ ਗਾਹ ਚੱਲ ਗਿਆ ਆਪਾਂ ਹੁਣ ਜੀ ਅਸੀਂ ਤਾਂ ਅੱਜ ਪਹਿਲੇ ਡਿਸਕਾਊਂਟ ਕਰੀ ਬੈਠੇ ਜੀ ਐ ਨਹੀਂ ਪਤਾ ਸੀ ਤੁਸੀਂ ਆਓਗੇ ਮੰਦਾ ਚੱਲ ਰਿਹਾ ਹੈ ਮੰਦਾ ਚੱਲਦਾ ਜੀ ਬਹੁਤ ਜ਼ਿਆਦਾ ਮੰਦਾ ਹਾਂਜੀ ਹਾਂਜੀ ਰੇਟ ਡਿੱਗੇ ਪਏ ਆ ਇਸ ਟਾਈਮ ਹਨਾ ਵੀਰੇ ਆ ਜਿਹੜਾ ਰੇਟ ਲਿਖਿਆ ਨਾ ਹਾਂਜੀ ਇਦੂ ਤਾਂ ਪਲੱਸ 20,000 ਰੁਪਏ ਵਿਕਦੇ ਆ ਇਹ ਵਿਕਦੇ ਆ ਹਨਾ ਪਰ ਇਹ ਸਾਨੂੰ ਐ ਨਹੀਂ ਪਤਾ ਸੀ ਅੱਜ ਤੁਸੀਂ ਆਓਗੇ ਨਹੀਂ ਅਸੀਂ ਰੇਟ ਨਹੀਂ ਕਰਦੇ ਅਸੀਂ ਫਿਰ ਅੱਜ ਆ ਕੇ ਛਾਪਾ ਮਾਰ ਲਿਆ ਮਾਰ ਲਿਆ ਤੁਸੀਂ ਆਏ ਹਾਏ ਆਏ ਆਏ ਸਵਾਹ ਲਿਆ ਦਾਦਾ ਜਮਾ ਹੀ ਅੱਜ ਤਾਂ ਵੀਰੇ ਤੇ ਨਹੀਂ ਕੰਮ ਇੱਕ ਹਫ਼ਤੇ ਬਾਅਦ ਫੋਨ ਕਰੇ ਉਹ ਨਹੀਂਗਾ ਨਾ ਨਾ ਸਿਰਫ 48 ਘੰਟੇ ਵੀਡੀਓ ਸ਼ੇਅਰ ਹੋਣ ਤੋਂ 48 ਘੰਟੇ ਦੇ ਵਿੱਚ ਬੁੱਧਵਾਰ ਨੂੰ ਸ਼ਾਮ ਨੂੰ ਅੱਜ 5 ਵਜੇ ਵੀਡੀਓ ਪੈ ਜੂ ਤੇ ਗਾਂ ਤੁਸੀਂ 48 ਘੰਟੇ ਜੋੜ ਲਿਓ ਉਹਦੇ ਵਿੱਚ ਵਿੱਚ ਤੁਸੀਂ ਆ ਕੇ ਲੈ ਜਿਓ ਟਰੈਕਟਰ ਬਸ ਕਰੇ ਆ ਜਿਓ ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਆ ਤੁਹਾਡਾ ਸਾਰਿਆਂ ਦਾ ਮੈਂ ਤੁਹਾਡਾ ਆਪਣਾ ਹਰਮਨ ਮਾਨ ਆਪਾਂ ਖੜੇ ਆ ਟਰੈਕਟਰ ਮੰਡੀ ਤਲਵੰਡੀ ਸਾਬੋ ਦੇ ਵਿੱਚ ਅੱਜ ਬੁੱਧਵਾਰ ਵਾਲੀ ਮੰਡੀ ਆ ਪਿਛਲੀ ਵਾਰ ਕਾਫੀ ਵੀਰਾਂ ਦੀ ਸ਼ਿਕਾਇਤ ਆਈ ਸੀਗੀ ਵੀ ਟਰੈਕਟਰ ਵੀਰੋ ਘੱਟ ਦਿਖਾਏ ਆ ਟਾਈਮ ਜ਼ਿਆਦਾ ਖਰਾਬ ਹੋ ਗਿਆ ਅੱਜ ਆਪਾਂ ਟਰੈਕਟਰ ਵੱਧ ਦਿਖਾਵਾਂਗੇ ਘੱਟ ਟਾਈਮ ਦੇ ਵਿੱਚ ਪਰ ਇੱਕ ਗੱਲ ਮੈਂ ਤੁਹਾਡੇ ਤੋਂ ਪੁੱਛ ਨਹੀਂ ਚਾਹਣਾ ਜਿੰਨੇ ਵੀ ਵੀਰ ਵੀਡੀਓ ਦੇਖਦੇ ਆ ਜਾਂ ਜਿੰਨਿਆਂ ਨੇ ਆਪਣੀ ਵੀਡੀਓ ਦੇਖ ਕੇ ਟਰੈਕਟਰ ਲੈਤੇ ਆ ਜਾਂ ਟਰੈਕਟਰ ਵੇਚਿਆ ਜਿੰਨਾਂ ਨੇ ਅੱਜ ਤੱਕ ਕਿਸੇ ਨੇ ਵੀ ਆਪਣੀ ਵੀਡੀਓ ਸ਼ੇਅਰ ਕੀਤੀ ਆ ਵੀਰੋ ਨਹੀਂ ਕੀਤੀ ਹੋਣੀ ਮੈਨੂੰ ਪੱਕਾ ਪਤਾ ਦਿਲ ਤੇ ਹੱਥ ਧਰ ਕੇ ਦੱਸ ਦੋ ਜੇ ਕਿਸੇ ਨੇ ਵੀ ਕੀਤੀ ਆ ਮੈਂ ਮਿਹਨਤ ਕਰਦਾ ਤੁਹਾਡੇ ਘਰ ਤੋਂ ਪਰ ਤੁਸੀਂ ਨਹੀਂ ਸਪੋਰਟ ਕਰਦੇ ਵੀਰੋ ਮੈਨੂੰ ਹੁਣ ਤੁਹਾਡੀ ਸਪੋਰਟ ਦੀ ਜ਼ਰੂਰਤ ਆ ਜੇ ਤੁਸੀਂ ਨਾ ਸਪੋਰਟ ਕੀਤੀ ਗਾਹ ਨੂੰ ਆਪਾਂ ਵੀਡੀਓ ਹੌਲੀ ਹੌਲੀ ਘਟਦੀਆਂ ਜਾਣਗੀਆਂ ਫਿਰ ਕੰਮ ਮੁੱਕ ਜਾਣਾ ਹਨਾ ਸਪੋਰਟ ਕਰਿਆ ਆਪਾਂ ਚੱਲਦੇ ਹਾਂ ਹੁਣ ਟਰੈਕਟਰਾਂ ਕਰਨੀ ਸੁਣ ਤੇ ਇੱਕ ਜਿਹੜਾ ਆਪਾਂ ਲੱਕੀ ਡਰਾ ਵਾਲਾ ਕੀਤਾ ਸਟਾਰਟ ਉਹ ਵੀ ਜ਼ਰੂਰ ਪਾਓ ਵੀਰੇ 300 ਨਾਲ ਕੁਝ ਨਹੀਂ ਹੋਣ ਲੱਗਿਆ ਆਪਾਂ ਖੜੇ ਖਰਚ ਕਰ ਦਿੰਦੇ ਇੱਕ ਥਾਂ ਦੇ ਉੱਪਰ ਤੇ ਵੀਰੋ ਸਪੋਰਟ ਕਰੋ ਫੇਰ ਹੀ ਆ ਤੁਹਾਡੇ ਨਾਲ ਹੀ ਆਜੋ ਫਿਰ ਚੱਲਦੇ ਹਾਂ ਵੀਰੋ ਆਪਣੇ ਨਾਲ ਹੋਣਗੇ ਕੁਲਵੀਰ ਸਿੰਘ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਕੀ ਹਾਲ ਹੈ ਜੀ ਬਹੁਤ ਵਧੀਆ ਜੀ ਤੇ ਆਪਣਾ ਨਾਮ ਤੇ ਪਿੰਡ ਦੱਸੋ ਇੱਕ ਵਾਰੀ ਵੈਸੇ ਤਾਂ ਮੈਂ ਦੱਸ ਹੀ ਚੁੱਕਿਆ ਮੇਰਾ ਨਾਮ ਹੈ ਕੁਲਵੀਰ ਸਿੰਘ ਹਾਂਜੀ ਪਿੰਡ ਆ ਬਾਹੋ ਯਾਤਰੀ ਠੀਕ ਹੈ ਜੀ ਤੇ ਬਾਈ ਦਾ ਨੰਬਰ ਵੀਡੀਓ ਦੇ ਵਿੱਚ ਆਪਾਂ ਦੇਵਾਂਗੇ ਵੀ ਤੇ ਥੱਲੇ ਥੱਲੇ ਚੱਲ ਵੀ ਰਿਹਾ ਹੋਣਾ ਤੁਸੀਂ ਲਿੰਕ ਕਰ ਸਕਦੇ ਹੋ ਬਾਈ ਨਾਲ ਵੀਰੇ ਆਪਣੇ ਕੋਲ ਅੱਜ ਕਿੰਨੇ ਕੁ ਟਰੈਕਟਰ ਨੇ ਆ ਜਿਹੜੇ ਵੀਰੇ ਮੰਡੀ 'ਚ ਖੜੇ ਇਹ ਆਪਣੀ ਆਹ ਦੇਖੋ ਜੀ ਨਿਗਾਹ ਮਰਵਾ ਦਿੰਨੇ ਆ ਤੇ ਸਾਰਿਆਂ ਦਾ ਨਾਲ ਮੁੱਲ ਦੇਖਾਂਗੇ ਰੇਟ ਕਾਗਜ਼ ਪੱਤਰ ਸਾਰਾ ਕੁਝ ਵੀ ਕੀ ਆ ਬਾਈ ਆਪਾਂ ਫਿਰ ਕਿਹੜੇ ਤੋਂ ਸਟਾਰਟ ਕਰਨਾ ਇਹ ਤੁਸੀਂ ਕਰ ਲਓ ਜੀ ਜਾਉਂ ਡੀ ਯਾਰ ਹੈ ਹਾਂਜੀ 5103 ਬਾਈ ਕਿਹੜਾ ਮਾਡਲ ਆ ਇਹ ਇਹ 2006 ਮਾਡਲ ਆ 6 ਮਾਡਲ ਆ ਕਿੱਥੋਂ ਦਾ ਨੰਬਰ ਹੈ ਇਹਦਾ ਇਹਦਾ ਨੰਬਰ ਹੈ ਜੀ ਰਾਜਸਥਾਨ ਦਾ ਰਾਜਸਥਾਨ ਹਰਿਆਣੇ ਦੇ ਵਿੱਚ ਨਾਮ ਹੋਇਆਗਾ ਇਹ ਹਰਿਆਣੇ 'ਚ ਨਾਮ ਹੋਇਆ ਹੋਇਆ ਹਾਂਜੀ ਤੇ ਕੰਡੀਸ਼ਨ ਦੇਖ ਲਓ ਵੀਰੋ ਕਾਗਜ਼ ਪੱਤਰ ਜੀ ਇਹਦੇ ਜਮਾਂ ਵੀਰੇ ਓਕੇ ਆ ਕਾਗਜ਼ ਪੱਤਰਾਂ ਦਾ ਮਾੜਾ ਟਰੈਕਟਰ ਅਸੀਂ ਲੈਂਦੇ ਨਹੀਂ ਤੇ ਡਿਮਾਂਡ ਕੀ ਕਰਦੇ ਹੋ ਇਹਦੀ ਡਿਮਾਂਡ ਤਾਂ ਇਹਦੀ 2,35,000-36,000 ਕਰਦੇ ਆ 2,36,000 ਹਾਂ ਹਾਂ ਤੇ ਬਈ ਦੇਣਾ ਕਿੰਨੇ ਦਾ ਜਮਾ ਲਾਸਟ ਜਿਹਾ ਰੇਟ ਦੱਸਿਓ ਲਾਸਟ ਰੇਟ ਉਹ ਡਿਸਕਾਊਂਟ ਤਾਂ ਮੈਂ ਫੇਰ ਵੀ ਕਰਾਉਂਗਾ ਜੇ ਨਾ ਕਰਾਉਂਗੇ ਕਰਾਉਂਗਾ ਬਈ ਯਾਰ ਕਰਾਉਂਗਾ 2,15,000 ਦਾ ਦੇ ਦਾਂ ਤੇ ਫਿਰ ਜਿਹੜਾ ਡਿਸਕਾਊਂਟ ਕਰਾਉਂਗਾ ਕਿੰਨਾ ਕੁ ਕਰੋਗੇ ਐ ਦੱਸੋ ਹੁਣ ਤੁਹਾਡੇ ਨੂੰ ਆਫਰ ਹੈ ਅੱਜ ਦਾ ਦਿਨ 48 ਘੰਟੇ ਦੇ ਕਿ ਜਿੰਨਾ ਮਰਜ਼ੀ ਕਰ ਦਿਓ ਹੁਣ ਲੋ ਵੀ ਮਿੱਤਰੋ 48 ਘੰਟਿਆਂ ਦੇ ਵਿੱਚ ਵਿੱਚ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਬੁੱਧਵਾਰ ਨੂੰ ਅੱਜ 5-6 ਵਜੇ ਵੀਡੀਓ ਪੈ ਚੁੱਕੀ ਆ ਦੱਬ ਕੇ ਸ਼ੇਅਰ ਕਰ ਦਿਓ 48 ਘੰਟੇ ਡਿਸਕਾਊਂਟ ਲੈ ਲਿਓ ਆਪਣੇ ਨਾਂ ਤੇ ਜਿੰਨਾ ਆਪਣਾ ਨਾਂ ਲੈ ਕੇ ਇੱਕ ਬੰਦਾ ਵੀਡੀਓ ਸ਼ੇਅਰ ਕਰਕੇ ਆਵੇ ਗਰੁੱਪਾਂ 'ਚ ਤੇ ਨਾਂ ਲੈ ਕੇ ਆ ਜੇ ਘਰੇ ਆ ਜੇ ਤੁਹਾਡੇ ਕੋਲੇ ਠੀਕ ਹੈ ਵੀਰੇ ਕੋਈ ਗੱਲ ਨਹੀਂ 48 ਘੰਟੇ ਦੇ ਵਿੱਚ ਉਹ ਜੋ ਬਾਅਦ ਨਹੀਂ 48 ਘੰਟੇ ਦਾ ਆਫਰ ਆ ਜਦੋਂ ਵੀਡੀਓ ਪੈ ਗਈ 48 ਘੰਟੇ 48 ਘੰਟੇ ਦੀ ਠੀਕ ਹੈ ਜੀ ਨਹੀਂ ਫਿਰ ਜਿਹੜਾ ਤੁਹਾਨੂੰ ਰੇਟ ਦੱਸਿਆ ਉਹ ਹੋਏਗਾ ਠੀਕ ਹੈ ਜੀ ਚਲੋ ਫਿਰ ਗਾਹ ਚੱਲ ਗਿਆ ਆਪਾਂ ਹੁਣ ਲਓ ਵੀ ਮਿੱਤਰੋ ਆਫਰ ਬਹੁਤ ਵਧੀਆ ਮਿਲ ਗਿਆ 48 ਘੰਟਿਆਂ ਦਾ ਹੁਣ ਦੱਬ ਕੇ ਰੱਖਿਓ ਕੰਮ ਤੁਸੀਂ ਵੀਡੀਓ ਸ਼ੇਅਰ ਕਰ ਦਿਓ ਤੇ ਆ ਜਿਓ 48 ਘੰਟਿਆਂ ਵਿੱਚ ਵਿੱਚ ਲੈ ਲਿਓ ਟਰੈਕਟਰ ਜਿੰਨੇ ਲੈਣ ਤੇ ਬਾਈ ਜੀ ਇਹਦੇ ਬਾਰੇ ਦੱਸੋ ਟਰੈਕਟਰ ਬਾਰੇ ਇਹ 2002 ਮਾਡਲ ਹੈ ਜੀ ਹਾਂਜੀ 265 ਹੈ ਅੱਛਾ ਜੀ ਕੰਡੀਸ਼ਨ ਤੁਹਾਡੇ ਸਾਹਮਣੇ ਆ ਟਾਇਰ ਜਮਾ ਨਵੇਂ ਆ ਟਰੈਕਟਰ ਦੇ ਲਓ ਜੀ ਆਪਾਂ ਟਾਇਰਾਂ ਤੇ ਵੀ ਮਰਵਾ ਦਿੰਨੇ ਆ ਨਿਗਾ ਤੇ ਟਰੈਕਟਰ ਇੰਜਨ ਗੇਅਰ ਬਾਈ ਜਮਾ ਓਕੇ ਵੀਰੇ ਜਮਾ ਓਕੇ ਕਾਗਜ਼ ਪੱਤਰ ਵੀ ਓਕੇ ਆ ਕਾਗਜ਼ ਪੱਤਰ ਦਾ ਤੁਹਾਨੂੰ ਅਸੀਂ ਪਹਿਲਾਂ ਦੱਸਿਆ ਜੀ ਲਓ ਜੀ ਲਓ ਦਾ ਮਾਡਲ ਲੈਂਦੇ ਨੇ ਤੇ ਬਾਈ ਡਿਮਾਂਡ ਕੀ ਕਰਦੇ ਹੋ ਇਹਦੀ ਡਿਮਾਂਡ ਕਰਦੇ 1,95,000 ਰੁਪਇਆ 1,95 ਹੈ ਤੇ ਦੇਣਾ ਕਿੰਨੇ ਦਾ ਇਹ ਇਹਦਾ ਰੇਟ ਹੀ ਅਸੀਂ ਪੂਰਾ ਲਿਖਿਆ ਸੀਗਾ ਹਾਂ ਪਰ ਹੁਣ ਤੁਸੀਂ ਆ ਗਏ ਕੋਈ ਗੱਲ ਨਹੀਂ ਹਾਂ
ਠੀਕ ਹੈ ਦੇ ਦੇਵਾਂਗੇ ਅਸੀਂ 80 ਹਜ਼ਾਰ ਰੁਪਏ ਦਾ ਇੱਕ 80 ਦਾ 48 ਘੰਟੇ ਵਾਲਾ ਆਫਰ 48 ਘੰਟੇ ਵਾਲਾ ਆਫਰ ਹੈਗਾ ਆਏ ਹਾਏ ਆਏ ਹਾਏ ਸਵਾਹ ਲਿਆ ਦਾਦਾ ਜਮਾਈ ਅੱਜ ਤਾਂ ਵੀਰੋ ਚਾਹੀ ਨਹੀਂ ਕਰਦਾ ਇੱਕ ਹਫ਼ਤੇ ਬਾਅਦ ਫੋਨ ਕਰੇ ਉਹ ਨਹੀਂਗਾ ਨਾ ਨਾ ਸਿਰਫ 48 ਘੰਟੇ ਵੀਡੀਓ ਸ਼ੇਅਰ ਹੋਣ ਤੋਂ 48 ਘੰਟੇ ਦੇ ਵਿੱਚ ਬੁੱਧਵਾਰ ਨੂੰ ਸ਼ਾਮ ਨੂੰ ਅੱਜ 5 ਵਜੇ ਵੀਡੀਓ ਪੈ ਜੂ ਤੇ ਗਾਂ ਤੁਸੀਂ 48 ਘੰਟੇ ਜੋੜ ਲਿਓ ਉਹਦੇ ਵਿੱਚ ਵਿੱਚ ਤੁਸੀਂ ਆ ਕੇ ਲੈ ਜਿਓ ਟਰੈਕਟਰ ਬਸ ਕਰੇ ਆ ਜਿਓ ਹਾਂ ਤੇ ਬਾਈ ਗਾਂ ਜੀ 36 ਇਹ ਹੈਗਾ ਜੀ 13 ਮਾਡਲ अच्छा जी 3 स्पीड है 3 स्पीड है जी बठिंडे का नंबर एदा लग चुका है अच्छा लोकल नंबर लग गया PB03 है हां जी ते भाई किन्ने दा देना है फिर ते डिमांड की करदे हो डिमांड ते दी करदे जी आपा 4,65,000 अच्छा जी वैसे तो असीं बिकन वाला रेट ही लिखया अज्ज दा कोई बड़ा रेट नहीं ठीक है जी ये 4,80,000 दे वैसे आम बिक जांदे है हां जी असीं तां अज्ज पहले डिस्काउंट ਕਰੀ ਬੈਠੇ ਜੇ ਐ ਨਹੀਂ ਪਤਾ ਸੀ ਤੁਸੀਂ ਆਓਗੇ ਮੰਦਾ ਚੱਲ ਰਿਹਾ ਹੈ ਮੰਦਾ ਚੱਲਦਾ ਜੀ ਬਹੁਤ ਜ਼ਿਆਦਾ ਮੰਦਾ ਹਾਂਜੀ ਹਾਂਜੀ ਰੇਟ ਡਿੱਗੇ ਪਏ ਆ ਇਸ ਟਾਈਮ ਹਨਾ ਵੀਰੇ ਆ ਜਿਹੜਾ ਰੇਟ ਲਿਖਿਆ ਨਾ ਹਾਂਜੀ ਇਦੂ ਤਾਂ ਪਲੱਸ 20,000 ਰੁਪਏ ਵਿਕਦੇ ਆ ਇਹ ਵਿਕਦੇ ਆ ਹਨਾ ਪਰ ਇਹ ਸਾਨੂੰ ਐ ਨਹੀਂ ਪਤਾ ਸੀ ਅੱਜ ਤੁਸੀਂ ਆਓਗੇ ਨਹੀਂ ਅਸੀਂ ਰੇਟ ਨਹੀਂ ਕਰਦੇ ਅਸੀਂ ਫਿਰ ਅੱਜ ਆ ਕੇ ਛਾਪਾ ਮਾਰ ਲਿਆ ਮਾਰ ਲਿਆ ਤੁਸੀਂ ਤੇ ਕਿੰਨੇ ਦਾ ਦੇਣਾ ਬਈ ਇਹ ਇਹਦੇ ਤੇ ਵੀ ਡਿਸਕਾਊਂਟ ਖੁੱਲਾ ਹੀ ਆ ਵੈਸੇ ਰੇਟ ਪੂਰਾ ਪਰ ਅੱਜ ਦੀ ਤੁਹਾਡੀ ਵੀਡੀਓ ਦੇਖ ਕੇ ਜੋ ਕਿ ਵੀ 48 ਘੰਟਿਆਂ ਚ ਆ ਜਿਓ ਹਾਂ 25,000 ਰੁਪਏ ਘਟਾ ਦੇ फोटो लगी आ सिंघां ते शेरां दा कदे पिछा नहीं करीदा कहिंदा ते बई 11 मरल इह 11 मरल ते कागज पत्तर ते इंजन गेर बई जमा ओके आ कागज पत्तरां दा तां माड़ा हुंदा नहीं ते ना ही इंजन गेर दा माड़ा लई जे कोई कमी हुंदी है हां जी ओ कढ़ा भी दई दी ठीक है जी हाँ। पूरी जिम्मेवारी है जिम्मेवारी है जी वो नहीं है लिपा पोची वाला काम नहीं करते ठीक है जी ठीक है ते भाई ये दा लिखा है 3,10,000 ते किन्ने दा दोगे भाई ये दे देंगे जी 2,80,000 2,80,000 दा देखो डिस्काउंट किन्ना आ जाए ठीक है जी ठीक है लो वीरो ਅੱਜ 48 ਘੰਟਾ ਕਰਕੇ ਹੀ ਆ ਸਿਰਫ 48 ਘੰਟੇ ਇਹ ਹੋਰ ਜ ਨਹੀਂ ਮਿਲਣਾ ਤੇ ਇੰਡੋ ਫਾਰਮ ਹਰਿਆਣੇ ਵਾਲੇ ਵੀਰ ਕਾਫੀ ਪੁੱਛਦੇ ਹੁੰਦੇ ਆ ਟਰੈਕਟਰ ਬਾਰੇ 14 ਮਾਡਲ ਖੜਾ ਜੀ ਇੰਜਨ ਗੇਅਰ ਦਾ ਦੱਸ ਦੋ ਕਾਗਜ਼ ਪੱਤਰ ਮੈਂ ਹੁਣ ਪੁੱਛਦਾ ਹੀ ਨਹੀਂਗਾ ਇੰਜਨ ਗੇਅਰ ਦਾ ਬਾਈ ਜਮਾ ਓਕੇ ਆ 65 HP ਚ ਟਰੈਕਟਰ ਆ ਇਹ 65 HP ਚ 65 HP ਚ ਟਰੈਕਟਰ ਆ ਠੀਕ ਹੈ ਜੀ 3,40,000 ਤੁਸੀਂ ਤੇ ਲਿਖਿਆ ਹੋਇਆ ਜੀ ਤੇ ਦੇਵੋਗੇ ਕਿੰਨੇ ਦਾ ਇਹ ਤੇ ਫਿਰ ਤੁਹਾਨੂੰ ਖੁੱਲਾ ਹੀ ਡਿਸਕਾਊਂਟ ਦੇ ਦਿਆ ਦੇਣਾ ਹੀ ਪਊਗਾ ਜੀ ਅੱਜ ਦਾ ਇਹ ਤਾਂ ਤੁਹਾਨੂੰ 30,000 ਰੁਪਏ 30,000 ਹੋਰ 48 ਘੰਟਿਆਂ ਦੇ ਵਿੱਚ ਆ ਜਾਊਗਾ 10,000 ਰੁਪਏ ਹੋਰ 3,00,000 ਦਾ ਪੂਰਾ ਹੋ ਜਾਊਗਾ ਦੇ ਦਿਆਂਗੇ ਲਓ ਵੀ ਮਿੱਤਰੋ ਪੂਰੇ 3,00,000 ਦਾ ਇੰਡੋ ਫਾਰਮ ਤੇ ਗਾਂ ਆਪਣੇ ਗੋਤੀਆਂ ਦੇ ਟਰੈਕਟਰ ਆ ਗਿਆ ਮਾਨਾ ਦਾ ਤੇ 750 ਸੋਨਾਲਿਕਾ ਬਈ ਇਹਦਾ ਕਿਹੜਾ ਮਾਡਲ ਮੂਡਲ ਹੈ ਇਹਦੇ ਬਾਰੇ ਪਾਉ ਚਾਨਣਾ ਕਿ 2014 ਜੀ ਅੱਛਾ ਜੀ ਟਰੈਕਟਰ ਦੇਖੋ ਪੰਜਾਬ ਨੰਬਰ ਹੈ ਫਾਸਟ ਓਨਰ ਹੈ ਅੱਛਾ ਜੀ PB30 ਨੰਬਰ ਹੈ ਬਈ ਇਹਦਾ ਠੀਕ ਹੈ ਠੀਕ ਹੈ ਡਿਮਾਂਡ ਇਹਦੀ 4,35 ਹੈ ਠੀਕ ਹੈ ਜੀ ਵੈਸੇ ਰੇਟ ਜੀ ਆਪਾਂ ਜਾਇਜ਼ ਹੀ ਲਿਖਿਆ ਚਲੋ ਫਿਰ ਆਫਰ ਤਾਂ ਹੁਣ ਦੇਣਾ ਹੀ ਪੂਜ ਲੋ ਕਹਿਤਾ ਆਫਰ ਤਾਂ ਫਿਰ ਇਹਦੇ ਵੀ ਦੇਵਾਂਗੇ ਕਿੰਨੇ ਦਾ 20,000 ਰੁਪਏ ਦਾ 20,000 ਦਾ ਤੇ ਹੋ ਜਾਊਗਾ ਹੈ ਹਾਂ ਠੀਕ ਹੈ ਜੀ ਠੀਕ ਹੈ ਬਾਕੀ ਵੀਰੋ ਵੀਡੀਓ ਦੱਬ ਕੇ ਸ਼ੇਅਰ ਕਰਦਿਆ ਕਰੋ ਸ਼ੇਅਰ ਕਰਕੇ ਆਜਿਆ ਕਰੋ ਸਪੋਰਟ ਕਰਿਆ ਕਰੋ ਯਾਰ ਮਿਹਨਤ ਕਰਦੇ ਆ ਗਾਂ ਦਾ ਗਰਮੀ ਆਉਂਦੀਆਂ ਜਾਂਦੀਆਂ ਹੋਰ ਵੀ ਮੁੜਕੋ ਮੁੜਕੀ ਹੋਇਆ ਕਰਾਂਗੇ ਜੇ ਸਪੋਰਟ ਕਰੋਗੇ ਦੱਬ ਕੇ ਰੱਖੋ ਕੰਮ ਫਿਰ ਆਪਾਂ ਨੂੰ ਵੀ ਸਾਹ ਮਿਲਦਾ ਵੀ ਆਪਾਂ ਤੁਹਾਨੂੰ ਵਾਧੂ ਟਰੈਕਟਰ ਤੇ ਵੱਡੇ ਵੱਡੇ ਆਫਰ ਦਈਏ ਬਈ ਇਹ ਕਿਹੜਾ ਜੀ ਇਹ 8 ਮਾਡਲ ਹੈ ਜੀ 8 ਮਾਡਲ ਹਾਂਜੀ ਫਾਰਮ 65 ਹੈ ਹਾਂਜੀ ਹਾਂ ਤੇ ਇਹਦਾ ਕੀ ਡਿਮਾਂਡ ਆ ਇਹਦੀ ਹੈ ਜੀ 2,95,000 ਰੁਪਏ 2,95 ਤੇ ਇੰਜਨ ਗੇਅਰ ਜੀ ਬਾਈ ਜਮਾ ਓਕੇ ਹੈਗਾ ਟਰੈਕਟਰ ਕੋਈ ਦਿੱਕਤ ਪਰੇਸ਼ਾਨੀ ਨਹੀਂ ਹਾਂ ਜੀ ਨਾ ਨਾ ਉਹ ਤਾਂ ਕੋਈ ਦਿੱਕਤ ਵਾਲੀ ਗੱਲ ਤੇ ਬਾਈ ਕਿੰਨੇ ਦਾ ਦੇਵੋਗੇ ਇਹ ਹਰਿਆਣਾ ਨੰਬਰ ਆ ਨੰਬਰ ਹਰਿਆਣਾ ਜੀ ਐਨਓਸੀ ਹਾਜ਼ਰ ਹੈ ਠੀਕ ਹੈ ਜੀ ਇਹ ਤਾਂ ਰੇਟ ਹੀ ਜਮਾ ਅਸੀਂ ਲੈਣ ਦੇ ਨਾਲ ਹੀ ਪਾਇਆ ਸੀ ਚਲ ਹੁਣ ਤਾਂ ਫਿਰ ਛਾਪਾ ਵੱਜ ਚੁੱਕਿਆ ਛਾਪਾ ਵੱਜ ਗਿਆ ਭੜਾ ਤੇ ਅੱਜ ਦਾ ਫਿਰ ਰੇਟ ਘਟਾਉਣਾ ਹੀ ਪੈਣਾ 20,000 ਰੁਪਏ ਕਰਾਂਗੇ ਫਿਰ ਅੱਜ 2,95 ਚੋਂ 20 ਹੋ ਹਾਂ ਹਾਂ ਤੇ ਫਿਰ ਜਿਹੜਾ 48 ਘੰਟੇ ਵਾਲਾ ਆਫਰ ਆ 48 ਘੰਟੇ ਵਾਲਾ ਆਫਰ ਤਾਂ ਸਾਰਿਆਂ ਤੇ ਲਾਗੂ ਹੈ ਜਿੰਨੇ ਸਾਡੀ ਮੰਡੀ 'ਚ ਖੜਿਆ ਲਓ ਵੀ 48 ਘੰਟਿਆਂ ਦਾ ਹੀ ਹਾਂ ਇਹ ਗੱਲ ਹੈਗੀ ਹੈ ਵੀਰ 48 ਘੰਟਿਆਂ ਦੇ ਵਿੱਚ ਤੁਸੀਂ ਡਿਸਕਾਊਂਟ ਦੇਣਾ ਉਹ ਨਾ 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 ਬੁੱਧਵਾਰ ਨੂੰ 5 ਵਜੇ ਸ਼ਾਮ ਨੂੰ ਵੀਡੀਓ ਪੈ ਜੀ 48 ਘੰਟੇ ਜੋੜ ਦਿਓ ਤੇ ਵਿੱਚ ਘਰੇ ਆ ਕੇ ਲੈ ਜਿਓ ਟਰੈਕਟਰ ਤੇ ਵੀਡੀਓ ਸ਼ੇਅਰ ਕਰਕੇ ਆ ਜਿਓ ਤੇ ਬਾਈ ਇਸ ਦਾ 8 ਮਾਡਲ ਹੈ ਜੀ ਅੱਛਾ ਜੀ ਟਰੈਕਟਰ ਬਹੁਤ ਚੰਗਾ ਜੀ ਇੰਜਨ ਗੇਅਰ ਦਾ ਠੀਕ ਹੈ ਜੀ ਕੋਈ ਕਮੀ ਨਹੀਂ ਟਾਇਰ 13 ਦੀ ਕੰਡੀਸ਼ਨ ਤੁਹਾਡੇ ਸਾਹਮਣੇ ਆ ਆਹ ਦੇਖ ਲਓ ਵੀਰੋ ਨਿਗਾਹ ਮਰਵਾ ਲੈਣਾ ਸੋਡੀ ਮੈਂ ਤੇ ਮਗਰੋਂ ਵੀ ਦਿਖਾ ਦੇਣਾ ਕਈ ਵੀਰ ਕਹਿੰਦਾ ਪਿੱਛੋਂ ਨਹੀਂ ਟਰੈਕਟਰ ਦਾ ਇਹ ਬਾਈ ਕਿੱਥੋਂ ਦਾ ਨੰਬਰ ਆ ਨੰਬਰ ਹਰਿਆਣੇ ਆ ਜੀ ਹਰਿਆਣਾ ਨੰਬਰ ਆ ਹਾਂਜੀ ਤੇ ਕੀ ਡਿਮਾਂਡ ਕਰਦੇ ਹੋ ਦੀ 1,70,000 ਰੁਪਏ ਜੀ 1,70 ਬਾਈ ਦੇਵੋਗੇ ਕਿੰਨੇ ਦਾ ਫਿਰ ਹੁਣ ਰੇਟ ਹੀ ਪੂਰਾ ਸੂਰਾ ਜੀ ਤੇ ਡਿਸਕਾਊਂਟ ਨਾ ਆਏ ਹੁਣ ਤਾਂ ਕਰਨਾ ਪਊਗਾ
पचानवे मॉडल। अच्छा जी, रेट तो 96,000 रुपया। ठीक है जी, देना है 85,000। 85,000 दा। ए वीरो, कई वीरां दी डिमांड आउंदी हुंदी आ वी लख तो थल्ले वाले ट्रैक्टर की कंडीशन दे विच मिलदे आ, कहि जा देखो तुहानू रेट भी दसदा, कंडीशन भी तुहाडे सामने आ, ये लख तो थल्ले वाले ट्रैक्टरां दे विच आ जांदा। ते आपां गाह नूं कोशिश करिया करांगे वी आपां स्पैशली वीडियो भी कढ लईए एक लख तो थल्ले ट्रैक्टर वाले हुंदे जिहड़े, है ना। ते बई गाह जी 265 दा किहड़ा मॉडल आ? हैं 92 मॉडल। नंबर कित्थों दा? नंबर PV31 मानसा। PV31 मानसा दा नंबर आ जी, मूसे वाले दे एरिए दा। ते बई किवें आ इंजन गेयर दा? बई ये फर्स्ट ओनर ट्रैक्टर ही हैगा। अच्छा, ते कंडीशन देखो तुसीं किड्डी सोहणी पई आ। ते देख लो जी कंडीशन तुहाडे सामने, निगाह मरवा दिंदे आ। 92 मॉडल दे हिसाब नाल जमा नवां ही पिआगा, मगर हक हक भी उच्ची नीवी होने वाली लगी है जिहदे। बई किन्ने दा देना है? ਇਹਦਾ ਰੇਟ ਹੀ ਅੱਜ ਜਮਾ ਸਿੱਟਿਆ ਸੀ ਥੱਲੇ। ਚਲੋ ਕੋਈ ਨਹੀਂ, ਹੁਣ ਆਪਾਂ ਹੋਰ ਵੀ ਸਟਾਵਾਂਗੇ ਫਿਰ। ਇਹਦਾ ਰੇਟ ਅੱਜ ਕਰੇ 1,45,000 ਰੁਪਇਆ ਜੀ। ਅੱਛਾ ਜੀ, ਤੇ ਇਹ ਦੇਵਾਂਗੇ 1,35,000। 1,35,000 ਦਾ ਦੇ ਦੇਣਗੇ ਬਾਈ ਹੋਰੇ, ਕਿਉਂਕਿ ਹੁਣ ਆਪਾਂ ਛਾਪਾ ਦਾ ਮਾਰ ਲਿਆ ਤੇ ਰੇਟ। ਤੇ ਬਾਈ ਇਹਦੀ ਵੀ ਖੋਲ ਕੁੰਡਲੀ ਫਿਰ ਹੋਲੇ 6 ਮਾਡਲ ਹੈ ਜੀ। ਅੱਛਾ ਜੀ, ਤੇ ਇਹਦੀ ਸਰਬੀ ਤੱਕ ਪਾਸਿੰਗ ਵੀ ਹੈ ਟਰੈਕਟਰ ਦੀ। ਠੀਕ ਹੈ, ਹਰਿਆਣਾ ਨੰਬਰ ਆ, ਸਾਰਾ ਓਰੀਜਨਲ ਟਰੈਕਟਰ ਹੈ ਜੀ। ਇੰਜਨ ਗੇਅਰ ਜਮਾ ਹੋ ਗਿਆ? ਜਮਾ ਬਾਈ, ਜਿਹੋ ਜਿਹਾ ਉੱਤੋਂ ਹੋ ਜਾ ਵਿੱਚੋਂ ਹੈ। ਲਓ ਜੀ ਮਿੱਤਰੋ, ਸਮਾਨ ਵੀ ਸਾਰਾ ਫੁੱਲ ਆਈ ਇਹਦਾ ਤਾਂ। ਹਾਂ, ਅੱਗੋਂ ਪਿੱਛੋਂ ਦੇਖ ਲਓ ਸਾਰਾ ਵੀਡੀਓ, ਜੇ ਤੁਹਾਡੇ ਸਾਹਮਣੇ ਆ ਜਾਓ ਬਾਈ ਕੋਲੇ ਘਰੇ ਗੋਤੇ ਤੇ ਵੀ ਆਪਣਾ ਲਿਖਿਆ ਪਿਆ ਯਾਰ ਮਾਨ ਉਹ ਲੈਗਾ ਦੀ। ਤੇ ਬਾਈ ਇਹ ਕਿੰਨੇ ਦਾ ਦੇਣਾ? ਇਹ ਇਹਦੇ ਤਾਂ ਪੂਰਾ ਲਿਖਿਆ ਸੀ। ਕੋਈ ਨੀ, ਹੁਣ ਛੱਡਾਂਗੇ ਫਿਰ, ਛੱਡਣਾ ਤੇ ਕੋਈ ਨੀ ਵੀਰੋ, ਭੱਜਣ ਦਿੰਦੇ ਵੀ ਨੀ ਆਪਾਂ ਬਾਈ ਨੂੰ। ਫੋਨ ਲਾ ਲਿਓ ਮੈਨੂੰ ਜਦੋਂ ਵੀ ਆਉਣਾ ਹੋਇਆ। ਤੇ ਬਾਈ ਗਾਹ ਜੀ ਆਹ ਵੇਖੇ ਜੀ, ਕੋਈ ਆਇਆ ਗਾ ਟਰੈਕਟਰ ਨਵਾਂ ਆਪਣੀ ਮੰਡੀ ਚ? ਹੁਣੀ ਹੁਣੀ ਆਇਆ ਟਰੈਕਟਰ, ਇਹ ਮਾਡਲ ਹੈ ਜੀ। ਤੇ 9,10,000 ਰੁਪਇਆ ਡਿਮਾਂਡ ਹੈ ਜੀ। 21 ਮਾਡਲ ਆ ਜੀ? 21 ਮਾਡਲ ਹੈ ਜੀ। 9,10,000 ਤੇ ਹਰਿਆਣਾ ਨੰਬਰ ਆ, ਪੰਪਰ ਲੱਗਿਆ ਹੋਇਆ ਵੱਡਾ 4x4। ਤੇ ਇਹਦੀ ਕੰਡੀਸ਼ਨ ਤਾਂ ਮੈਂ ਪੁੱਛੇਗੀ ਤੁਹਾਡੇ ਸਾਹਮਣੇ ਹੀ ਆ, ਮਾਡਲ ਲਾ ਲਓ ਅਨੁਮਾਨ ਤੇ ਤੁਹਾਡੇ ਸਾਹਮਣੇ ਖੜਾ ਹੈਗਾ ਹੁਣ, ਇਹ ਪੁੱਛਣ ਦੀ ਲੋੜ ਹੀ ਨਹੀਂ ਬਸ ਹੁਣ ਇਹਦੀ ਤਾਂ। ਤੇ ਜਿਹੜੇ ਵੀਰ ਨੇ ਲੈਣਾ ਹੋਇਆ ਤੇ ਕਰ ਲਿਓ ਕੰਡਾ। ਇੱਕ ਯਾਰ ਗੱਲ ਹੋਰ ਹੁੰਦੀ ਆ ਵੀ ਸਵਾਦ ਨਾ ਲਿਆ ਕਰੋ, ਕਈ ਵੀਰ ਆਪਾਂ ਬੈਠੇ ਰਜਾਈਆਂ 'ਚ, ਹੁਣ ਤਾਂ ਚੱਲ ਰਜਾਈਆਂ ਦਾ ਟਾਈਮ ਗਿਆ, ਬੈਠੇ ਬਾਹਰ ਲਾ ਕੇ ਫੋਨ ਸਵਾਦ ਜਾ ਲਈ ਜਾਂਦੇ ਆ, ਜਦੋਂ ਆਪਾਂ ਜਿਹੜੀ ਚੀਜ਼ ਵੀਡੀਓ 'ਚ ਦੱਸਤੀ ਰੇਟ ਦੱਸਤਾ ਮਾੜੀ ਮੋਟੀ ਗੁਜਾਇਸ਼ ਹੁੰਦੀ ਆ, ਵੈਸੇ ਸਾਰੀ ਆਪਾਂ 0-0 ਰਿਪੋਰਟ ਹੀ ਦਿੰਦੇ ਹੁੰਦੇ ਹਾਂ। ਜੇ ਆਪਾਂ ਨੂੰ ਲੱਗਦਾ ਹੁੰਦਾ ਵੀ ਆਪਣੇ ਯਾਰ ਹਿਸਾਬ 'ਚ ਆਉਂਦਾ, ਹੱਥ ਥੱਲੇ ਆਉਂਦੀ ਆ ਚੀਜ਼, ਤਾਂ ਫੋਨ ਲਾਇਆ ਕਰੋ, ਕਿਉਂਕਿ ਬੰਦਾ ਅੱਕ ਜਾਂਦਾ ਜਿਹਨੇ ਲੈਣਾ ਹੁੰਦਾ, ਫਿਰ ਉਹਦਾ ਵੀ ਨਹੀਂ ਫੋਨ ਚੱਕਿਆ ਜਾਂਦਾ। ਕਈ ਬੰਦਿਆਂ ਦਾ ਹੀ ਹਿਸਾਬ ਹੁੰਦਾ ਵੈਸੇ, ਕਈ ਬੰਦੇ ਵੀ ਰਿਮਾਈਂਡ ਵੀ ਨਾ ਕਰਨ। ਹਾਂ, ਜਿਹੜੇ ਵੀਡੀਓ 'ਚ ਟਰੈਕਟਰ ਹੁੰਦੇ ਆ ਉਹਨਾਂ ਨੂੰ ਛੱਡ ਕੇ ਹੋਰ ਟਰੈਕਟਰ ਮੰਗਣਗੇ, ਉਹ ਹੁੰਦਾ ਕਈ ਵਾਰੀ ਬੰਦੇ ਨੇ ਲੈਣਾ ਨਹੀਂ ਹੁੰਦਾ, ਸਵਾਦ ਵਾਲੇ ਹੁੰਦੇ। ਹਾਂ, ਉਹ ਵੀਰ ਮੇਰੇ ਭਰਾ ਬਣ ਕੇ ਬਸ ਥੋੜਾ ਜਿਹਾ ਦੂਰ ਹੀ ਰਹਿ ਗਏ, ਤੇ ਜਿਹਨੇ ਲੈਣਾ ਹੁੰਦਾ ਉਹੀ ਕੰਟੈਕਟ ਕਰੇ। ਠੀਕ ਹੈ ਜੀ, ਓਕੇ। ਤੇ ਗਾਂ ਜੀ ਇਹ ਹੈਗਾ ਜੀ 2007 ਮਾਡਲ। ਅੱਛਾ, ਪੰਜਾਬ ਨੰਬਰ ਹੈ ਜੀ। ਠੀਕ ਹੈ ਜੀ, ਤੇਲ ਬ੍ਰੇਕਰ। ਠੀਕ ਹੈ, ਤੇ ਤੁਹਾਡੇ ਸਾਹਮਣੇ ਟਰੈਕਟਰ ਸਾਈਡ ਗੇਅਰ 'ਚ ਹੈ? ਹਾਂ, ਸਾਈਡ ਗੇਅਰ 'ਚ। ਹਾਂ, 295 ਡਿਮਾਂਡ ਕਰਦਾ ਬਾਈ, ਟਰੈਕਟਰ ਤੁਹਾਡੇ ਸਾਹਮਣੇ ਆ, ਤੇ ਪੁੱਛਦਿਆਂ ਫਿਰ ਕਿੰਨੇ ਦਾ ਦੇਊਗਾ? ਰੇਟ ਤਾਂ ਜੀ ਅਸੀਂ ਤੁਹਾਨੂੰ ਪਹਿਲੇ ਦੱਸਿਆ, ਸਾਰਿਆਂ ਦੀ ਘੱਟ ਹੈ, ਸਾਡੇ ਤਾਂ ਵਿਕਰੀ ਵਾਲੇ ਰੇਟ ਹੀ ਨੇਗੇ, ਮੰਦਾ ਚੱਲੀ ਜਾਂਦਾ। ਹਾਂ, ਤੁਸੀਂ ਆਏ ਹੋ, ਤੁਹਾਡਾ ਮਾਨ ਵੀ ਨਹੀਂ ਤੋੜਦੇ, 20,000 ਰੁਪਏ ਡਿਸਕਾਊਂਟ ਇਹਦੇ 20 ਚ ਹੋ ਜਾਊਗਾ, ਹੈ 75 ਦਾ ਰਹਿ ਜਾਊਗਾ। ਹਾਂ, ਜਮਾ ਲਾਸਟ ਰੇਟ ਹੀ ਹੈ, 3.5 ਦਾ, 3.5 ਦਾ ਵੀਰੋ। ਤੇ ਟਰੈਕਟਰ ਸੋਹਣਾ, ਜਿਹੜਾ ਰੇਟ ਤੁਹਾਨੂੰ ਅਸੀਂ ਦੱਸਦਾ, ਹਾਂ, ਕਈ ਵਾਰੀ ਤਾਂ ਇਸ ਰੇਟ 'ਚ ਮਿਲਦਾ ਵੀ ਨੀਗਾ। ਠੀਕ ਹੈ ਜੀ, ਠੀਕ ਹੈ। ਤੇ ਗਾਂ ਜੀ ਫਿਰ ਇਹ 2010 ਮਾਡਲ ਹੈ ਜੀ। ਆਹ ਦੇਖ ਲਓ ਜੀ 10 ਮਾਡਲ ਖੜਾ, ਜਿਹੜੇ ਹਿਸਾਬ ਨਾਲ 10 ਮਾਡਲ ਆ ਤੇ ਕੰਡੀਸ਼ਨ ਵਧੀਆ, ਕੰਡੀਸ਼ਨ ਬਹੁਤ ਵਧੀਆ ਟਰੈਕਟਰ। ਕਈ ਵੀਰ ਮੈਨੂੰ ਪੁੱਛਦੇ ਆ ਬਾਈ ਤੂੰ ਦੇਖਿਆ, ਤੂੰ ਵੀਡੀਓ ਬਣਾਈ ਆ, ਦੱਸ ਦਿਆ ਕਰ ਵੀ ਕੰਡੀਸ਼ਨ ਕਿਵੇਂ ਜੇ ਆ। ਚਲੋ ਮੈਂ ਦੱਸ ਦਿੰਦਾ ਵੀ ਆਹ ਵਧੀਆ ਕੰਡੀਸ਼ਨ ਦਾ ਟਰੈਕਟਰ ਖੜਾ, ਤੇ ਇਹਦਾ ਕੀ ਡਿਮਾਂਡ ਕਰਦੇ ਹੋ ਜੀ? 3,25,000 ਜੀ। 3,25,000। ਨੰਬਰ ਕਿੱਥੋਂ ਦਾ ਇਹਦਾ? ਨੰਬਰ ਇਹਦਾ ਹਰਿਆਣੇ ਦਾ, NOC ਹਾਜ਼ਰ ਹੈ ਜੀ। NOC ਹਾਜ਼ਰ ਆ ਜੀ, ਨੰਬਰ ਹੈਗਾ ਹਰਿਆਣਾ। ਤੇ ਬਾਈ ਦਿਓਗੇ ਕਿੰਨੇ ਦਾ ਇਹ? 20,000 ਡਿਸਕਾਊਂਟ ਤਾਂ ਬਾਈ ਹੁਣ ਕਰਾਂਗੇ ਫਿਰ, 20 ਤਾਂ ਕਰਨਾ ਹੀ ਪੈਣਾ ਬਾਈ, ਕਰਾਂਗੇ। ਮਤਲਬ ਫਿਰ 25 ਕਰ ਦੇ ਬਾਈ ਯਾਰ, ਚੱਲ 25 ਕਰ ਦਾਂਗੇ, 3 ਦਾ ਹੀ ਕਰ ਦੇ ਪੂਰਾ, 3 ਦਾ ਦੇ ਦਾਂਗੇ ਯਾਰ ਜੀ। ਹਾਂ, ਕਿਹੜਾ ਮਾਡਲ ਹੈ ਇਹ? 10 ਮਾਡਲ।
ਤੇਲ ਬ੍ਰੇਕਾਂ ਚ ਨਾਲੇ ਦੀ ਕਬੂਰ ਖਾਸੀ ਕਿਵੇਂ ਜੀ ਇਹ ਤੇਲ ਬ੍ਰੇਕਾਂ ਦੇ ਤੇਲ ਬ੍ਰੇਕਾਂ ਦੇ ਤੇਲ ਬ੍ਰੇਕਾਂ ਦੇ ਠੀਕ ਹੈ ਜੀ ਠੀਕ ਹੈ ਤੇ ਗਾਂ 50 ਇਹ 13 ਮਾਡਲ ਹੈ ਜੀ ਇਹ 13 ਮਾਡਲ ਹੈ ਜੀ ਅੱਛਾ ਤੇ ਇਹਦਾ ਨੰਬਰ ਕਿੱਥੋਂ ਦਾ ਜੀ ਇਹਦਾ ਨੰਬਰ ਵੀ ਹਰਿਆਣੇ ਦਾ ਜੀ ਇਹ ਵੀ ਹਰਿਆਣੇ ਹਾਜ਼ਰ ਹੈ ਇਹਦੀ ਵੀ ਠੀਕ ਹੈ ਜੀ ਠੀਕ ਆ ਤੇ ਆਹ ਦੇਖ ਲਓ ਜੀ ਮਗਰ ਲੇਟ ਹੈ ਨਵਾਂ ਜੀ ਟਰੈਕਟਰ ਜਮਾ ਕੋਈ ਕਮੀ ਨਹੀਂ ਟਰੈਕਟਰ ਤੇ ਬਈ ਇਹ ਕਿੰਨੇ ਦਾ ਦੇਣਾ ਫਿਰ 430 ਡਿਮਾਂਡ ਹੈ ਇਹਦੀ ਤੇ ਹੁਣ ਪੁੱਛਦੇ ਆ ਬਈ ਕਿੰਨੇ ਦਾ ਦੇਊਗਾ ਫਿਰ ਕਿੰਨਾ ਕਰੋਗੇ ਡਿਸਕਾਊਂਟ ਉਤਲਾ ਉਤਲਾ ਕਰ ਦਾਂਗੇ ਹੈ ਉਤਲਾ ਕਰ ਦਾਂਗੇ ਪੂਰਾ ਉਤਲਾ ਉਤਲਾ ਕਰ ਦਾਂਗੇ ਪੂਰਾ 4 ਦਾ 4 ਦਾ ਦੇ ਦੇ ਲਓ ਵੀ ਮਿੱਤਰੋ 13 ਮਾਡਲ 4 ਲੱਖ ਦਾ ਕਹਿਤਾ ਬਾਈ ਨੇ ਮਾਰਕੀਟ ਰੇਟ ਨੂੰ ਵੀ ਤੁਹਾਨੂੰ 15-15000 ਰੇਟ ਅੱਜ ਘੱਟ ਬਾਕੀ 48 ਘੰਟਿਆਂ ਦੇ ਵਿੱਚ ਵਿੱਚ ਆ ਜਿਓ ਜੇ ਲੈਣਾ ਤਾਂ ਉਸ ਤੋਂ ਬਾਅਦ ਨਹੀਂ ਹਾਂ ਹਾਂ ਉਸ ਤੋਂ ਬਾਅਦ ਫਿਰ ਕੋਈ ਜ਼ਿੰਮੇਵਾਰੀ ਨਹੀਂ ਆਪਣੀ ਰੇਟ ਰੂਟ ਦੀ ਬਾਈ ਮੇਰੀ ਵੀ ਕੋਈ ਜ਼ਿੰਮੇਵਾਰੀ ਨਹੀਂ ਹੈਗੀ 48 ਘੰਟਿਆਂ ਵਿੱਚ ਮੈਂ ਵੀ ਜ਼ਿੰਮੇਵਾਰੀ ਚੱਕਦਾ ਬਾਈ ਦੀ ਪਤਾ ਬਾਈ ਕੀ ਹੈਗਾ ਬਾਜ਼ਾਰ ਹੈ ਇੱਥੇ ਕੋਈ ਬੰਦਾ ਰੇਟ ਵੱਧ ਨਹੀਂ ਮੰਗ ਸਕਦਾ ਮੈਂ ਇਹਦਾ ਰੇਟ ਵੱਧ ਲਿਖ ਲੂੰਗਾ ਹਾਂ ਗਾਂ ਹੋਰ ਵਾਲਾ ਘੱਟ ਵਾਲਾ ਖੜਾ ਹੋਊਗਾ ਹਾਂ ਇੱਥੇ ਬਾਜ਼ਾਰ ਦੇ ਹਿਸਾਬ ਨਾਲ ਰੇਟ ਤਾਂ ਸਮਾਂ ਜਿਹੜੇ ਬਾਜ਼ਾਰ ਦਾ ਉਹੀ ਲਿਖਣਾ ਪੈਂਦਾ ਤੇ ਚੜਨਗੇ ਸਾਰਿਆਂ ਚੜਨੀ ਉਤਰਨਗੇ ਸਾਰੇ ਉੱਤਰ ਗਏ ਹਨਾ ਫਿਰ ਜੇ ਮੈਂ ਵੱਧ ਮੰਗ ਲੂੰਗਾ ਉਹ ਤਾਂ ਕੰਮ ਚੱਲਣਾ ਨਹੀਂ ਹਾਂ ਜਿਹੜਾ ਰੇਟ ਇਹਦੇ ਤੇ ਹੈਗਾਗਾ ਜਮਾ ਆਮ ਮਾਰਕੀਟ ਨਾਲੋਂ ਵੀ ਘੱਟ ਹੈਗਾ ਠੀਕ ਹੈ ਸਾਰੀ ਬਾਜ਼ਾਰ ਕਿਤੇ ਭੜਾ ਤੇ ਬਾਈ ਆਦਾ ਮੋਬਾਈਲ ਨੰਬਰ ਪਿੰਡ ਤੇ ਨਾਮ ਇੱਕ ਵਾਰੀ ਐਂਡ ਤੇ ਦੁਬਾਰੇ ਬੋਲ ਦਿਓ ਮੇਰਾ ਨਾਮ ਬਾਈ ਕੁਲਵੀਰ ਸਿੰਘ ਹਾਂਜੀ ਪਿੰਡ ਮੇਰਾ ਬਾਹੋ ਯਾਤਰੀ ਹਾਂਜੀ ਮੋਬਾਈਲ ਨੰਬਰ ਹੈ ਮੇਰਾ 9417 3366 ਠੀਕ ਹੈ ਜੀ ਸ਼ੁਕਰੀਆ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਜੀ ਲੋਕਲ ਬਠਿੰਡਾ ਨੰਬਰ PB03 ਟਰੈਕਟਰ ਖੜਾ ਤੇ ਬਾਬਾ ਜੀ ਆਈ ਹੋਇਆ ਵਧੀਆ ਤੇ ਬਾਬਾ ਉੱਪਰ ਹੀ ਬੈਠਾ ਟਰੈਕਟਰ ਦੇ ਬਾਬੇ ਨਾਲ ਕਰਦੇ ਆ ਗੱਲਬਾਤ ਵੀ ਸਾਰੀ ਟਰੈਕਟਰ ਦੀ ਲੈਣਾ ਜਾਣਕਾਰੀ ਬਾਬਾ ਦੱਸਦੇ ਆ ਸੰਗਰੂਰ ਨੰਬਰ ਹੈ ਜੀ ਕਲੋਸਕਰ ਇੰਜਨ ਹੈ ਠੀਕ ਹੈ ਜੀ ਹਾਂ ਚਿੱਪਲੀ ਕਾਪੀ ਆ ਬਹੁਤ ਵਧੀਆ ਟਰੈਕਟਰ ਹੈ ਜੀ ਕਲੋਸਕਰ ਇੰਜਨ ਦੇ ਵਿੱਚ ਕਾਫੀ ਡਿਮਾਂਡ ਹੁੰਦੀ ਹੈ ਵੀ ਕਲੋਸਕਰ ਇੰਜਨ ਪਤਾ ਨਹੀਂ ਟਰੈਕਟਰ ਸਾਰਾ ਓਰੀਜਨਲ ਹੀ ਹੈ ਜੀ ਜਿਆਦਾ ਪਿਆਰਾ ਪੰਜਾਬੀ ਨੂੰ ਕਲੋਸਕਰ ਇੰਜਨ ਨਾਲ ਹੈ ਤੇ ਬਈ ਕਿੰਨੇ ਦਾ ਦੇਵਾਂਗੇ ਟਰੈਕਟਰ 90,000 ਦਾ ਦੇਵਾਂਗੇ ਦੇਖੋ ਜੀ ਪੱਖਾ ਪੁੱਖਾ ਲੱਗਿਆ ਹੋਇਆ ਗਰਾਂਡ ਬਹੁਤ ਸਾਫ ਟਰੈਕਟਰ ਹੈ ਤੇ ਹਾਂ ਸਾਰਾ